ਇੱਕ ਵਾਰ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਸਵਾਗਤ ਹੈ ਨਿੱਗੀ ਜੀ ਆ ਤੁਹਾਡਾ ਸਾਡਾ ਜਿਹੜਾ ਸਾਥ ਹੈ ਉਹ 9 ਵਜੇ ਤੱਕ ਰਹਿਣਾ ਆ ਔਰ ਮੇਰਾ ਸਾਥ ਜਿਹੜਾ ਉਹ ਦੇ ਰਹੇ ਨੇ ਜੀ ਹਰ ਵਾਰ ਦੀ ਤਰ੍ਹਾਂ ਕਿਉਂਕਿ ਐਵਰੀ ਵੈਨਸਡੇ ਮੈਂ ਅਤੇ ਮਨਨ ਗੁਪਤਾ ਹੁਣੀ ਰੋਡ ਟੂਡੇ ਮੀਡੀਆ ਗਰੁੱਪ ਤੋਂ ਸਾਡੇ ਨਾਲ ਹੁੰਦੇ ਨੇ ਅਸੀਂ ਦੋਵੇਂ ਜਣੇ ਇਹ ਪ੍ਰੋਗਰਾਮ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਜਿਹੜਾ ਇਹ ਵਾਲਾ ਪ੍ਰੋਗਰਾਮ ਹੈ ਇਹ ਕੋਸ਼ਿਸ਼ ਆ ਪਸੰਦ ਆਉਂਦੀ ਹੋਵੇਗੀ ਜੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-305-6068 ਦੇ ਉੱਤੇ ਮੰਨਣ ਜੀ ਕਿਉਂਕਿ ਜਿਹੜੀ ਆ ਜੀ ਟਰੈਕਿੰਗ ਇੰਡਸਟਰੀ ਦੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ 2015 ਜਿਹੜਾ ਆ ਜੀ ਉਹਦੇ ਵਿੱਚ ਕਿਹੜੇ ਕਿਹੜੇ ਨਵੇਂ ਰੂਲਸ ਆਏ ਨੇ ਮੰਨਣ ਜੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਆਡੀਅੰਸ ਨੂੰ ਕਿ ਕਿਹੜੇ ਕਿਹੜੇ ਨਵੇਂ ਰੂਲਸ ਆਏ ਨੇ ਇਹ ਟਰਾਂਸਪੋਰਟਰਸ ਵਾਸਤੇ ਜਾਂ ਜਿਹੜੇ ਟਰੱਕਾਂ ਵਾਲੇ ਭਰਾ ਹੈਗੇ ਆ ਜੀ ਜੀ ਉਹਨਾਂ ਵਾਸਤੇ ਜਿਹੜਾ 2015 ਕਿਹੋ ਜਿਹਾ ਰਿਹਾ ਬਿਲਕੁਲ ਜੀ ਇੱਕ ਵਾਰ ਫਿਰ ਨਿੱਕਾ ਸਵਾਗਤ ਔਰ ਸਾਰੇ ਦਰਸ਼ਕਾਂ ਦਾ ਔਰ ਸਾਡੇ ਨਾਲ ਜੁੜਨ ਦੇ ਦੀਪਕ ਸਾਹਿਬ ਨੇ ਦੱਸਿਆ ਬਹੁਤ ਸਾਰੇ ਤਰੀਕੇ ਨੇ ਤੁਸੀਂ ਫੇਸਬੁੱਕ ਟਵਿੱਟਰ ਫੋਨ ਦੇ ਜ਼ਰੀਏ ਵੀ ਜੁੜ ਸਕਦੇ ਹੋ ਪ੍ਰੋਗਰਾਮ ਨੂੰ ਤੁਸੀਂ ਸਟ੍ਰੀਮਿੰਗ ਵੈਬਸਾਈਟ 'ਤੇ ਦੇਖਦੇ ਹੋ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਸੋ ਡੈਫੀਨੇਟਲੀ ਆ ਜਿਹੜਾ ਤਾਨਾ ਬਾਨਾ ਹੈਗਾ ਜਿਹੜਾ ਐਕਸਚੇਂਜ ਆਫ ਇਨਫੋਰਮੇਸ਼ਨ ਹੈ ਅਸੀਂ ਚਾਹੁੰਦੇ ਹਾਂ ਕਿ 2-ਵੇ ਸਟ੍ਰੀਟ ਹੋਵੇ ਸਿਰਫ 1-ਵੇ ਟ੍ਰੈਫਿਕ ਨਾ ਹੋਵੇ ਦੀਪਕ ਜੀ ਨੇ ਪੁੱਛਿਆ ਕਿ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੀਆਂ ਚੇਂਜਿਸ ਆਈਆਂ ਨੇ ਬਹੁਤ ਸਾਰੀਆਂ ਚੇਂਜਿਸ ਦੀਪਕ ਸਾਹਿਬ ਰੈਗੂਲਰਲੀ ਆਉਂਦੀਆਂ ਰਹਿੰਦੀਆਂ ਨੇ ਚਾਹੇ ਅਸੀਂ ਪ੍ਰੋਵਿੰਸ਼ੀਅਲ ਲੈਵਲ 'ਤੇ ਓਨਟੈਰੀਓ ਦੇ ਵਿੱਚ ਦੇਖੀਏ ਫੈਡਰਲ ਲੈਵਲ 'ਤੇ ਕੈਨੇਡਾ ਦੇ ਵਿੱਚ ਦੇਖੀਏ ਜਾਂ ਫਿਰ ਜਿਹੜਾ ਸਾਡਾ ਭਾਈਚਾਰਾ ਟਰੱਕਿੰਗ ਇੰਡਸਟਰੀ 'ਚ ਇਨਵੋਲਵ ਹੈ ਉਹਨਾਂ ਨੂੰ ਬਹੁਤ ਸਾਰੀਆਂ ਚੇਂਜਿਸ ਜਿਹੜੀਆਂ ਅਮਰੀਕਾ 'ਚ ਹੁੰਦੀਆਂ ਨੇ ਉਹ ਵੀ ਫੋਲੋ ਕਰਨੀਆਂ ਪੈਂਦੀਆਂ ਨੇ ਕਿਉਂਕਿ ਜਿਹੜਾ ਟਰੱਕਸ ਨੇ ਦੇ ਮੂਵ ਵਿਦ ਯੂ ਨੋ ਫ੍ਰੇਟ ਇਨਟੂ US ਔਰ ਉੱਥੋਂ ਲੈ ਕੇ ਆਉਂਦੇ ਨੇ ਸੋ ਜੇ ਕੁਇਕਲੀ ਅਸੀਂ ਨਿਗਾਹ ਮਾਰੀ ਓਨਟੈਰੀਓ ਵਿੱਚ ਜਿਹੜੀਆਂ ਚੇਂਜਿਸ ਆਈਆਂ ਨੇ ਉਹਦੇ ਵਿੱਚ ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਡੀ ਸੜਕਾਂ ਨੂੰ ਔਰ ਜਿਹੜੇ ਸੜਕਾਂ 'ਤੇ ਚੱਲਣ ਵਾਲੇ ਲੋਕ ਨੇ ਡਰਾਈਵ ਕਰਦੇ ਨੇ ਪੈਡੈਸਟ੍ਰੀਅਨਸ ਜਿਹੜਾ ਵਰਤਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੇਫ ਰੱਖਿਆ ਜਾਵੇ ਸੋ ਇਸ ਸਾਲ ਦੇ ਵਿਚਕਾਰ ਉਹਨਾਂ ਨੇ ਨਵਾਂ ਜਿਹੜਾ ਰੋਡ ਸੇਫਟੀ ਬਿੱਲ ਪਾਸ ਕੀਤਾ ਸੀ ਜਿਹਦੇ ਵਿੱਚ ਜਿਹੜੇ ਫਾਈਨਸ ਨੇ ਜਿਹੜਾ ਜੁਰਮਾਨਾ ਹੈ ਜਾਂ ਡੀਮੈਰਿਟ ਪੁਆਇੰਟਸ ਨੇ ਉਹਦੀ ਕਾਫੀ ਗਿਣਤੀ ਵਧਾ ਦਿੱਤੀ ਹੈ ਸਪੈਸ਼ਲੀ ਡਿਸਟਰੈਕਟਿਡ ਡਰਾਈਵਿੰਗ ਨੂੰ ਲੈ ਕੇ ਅੱਛਾ ਜਿਹੜਾ ਅਸੀਂ ਧਿਆਨ ਜਿਹੜਾ ਡਰਾਈਵਿੰਗ ਕਰਦੇ ਹੋਏ ਡਰਾਈਵਿੰਗ 'ਤੇ ਨਹੀਂ ਦਿੰਦੇ ਹੋਰ ਚੀਜ਼ਾਂ 'ਤੇ ਚਾਹੇ ਉਹ ਸਮਾਰਟਫੋਨ ਨੇ ਚਾਹੇ ਉਹ ਕੁਝ ਖਾ ਪੀ ਰਹੇ ਆ ਨਾਲ ਜਾਂ ਕਿਸੇ ਨਾਲ ਗੱਲਾਂ ਕਰ ਰਹੇ ਆ ਉਹ ਜਿਹੜੀ ਬੇਧਿਆਨੇ ਹੋ ਕੇ ਗੱਡੀ ਚਲਾਉਂਦੇ ਨੇ ਉਹ ਇੱਕ ਬਹੁਤ ਵੱਡਾ ਕਾਰਨ ਬਣਦਾ ਜਾ ਰਿਹਾ ਹੈ ਕੈਨੇਡਾ ਭਰ ਦੇ ਵਿੱਚ ਲੋਕਾਂ ਦੀ ਜਾਨ ਜਾਣ ਦੇ ਲਈ ਇੰਪੇਅਰ ਡਰਾਈਵਿੰਗ ਤੋਂ ਬਾਅਦ ਵੱਡਾ ਕਾਰਨ ਡਿਸਟਰੈਕਟਿਡ ਡਰਾਈਵਿੰਗ ਔਰ ਇਨਫੈਕਟ ਬਹੁਤ ਸਾਰੇ ਸੂਬਿਆਂ ਵਿੱਚ ਤਾਂ ਡਿਸਟਰੈਕਟਿਡ ਡਰਾਈਵਿੰਗ ਨੇ ਇੰਪੇਅਰ ਡਰਾਈਵਿੰਗ ਨਾਲੋਂ ਵੀ ਵੱਧ ਲੋਕਾਂ ਦੀ ਜਾਨ ਲਈਆਂ ਨੇ ਸੋ ਸਰਕਾਰ ਨੇ ਓਨਟੈਰੀਓ ਵਿੱਚ ਇੱਥੇ 3 ਡੀਮੈਰਿਟ ਪੁਆਇੰਟਸ ਤੁਹਾਡੇ ਖਾਤੇ ਵਿੱਚ ਜੁੜ ਜਾਣਗੇ ਜੇ ਤੁਸੀਂ ਡਿਸਟਰੈਕਟਿਡ ਡਰਾਈਵਿੰਗ ਦੇ ਅੰਡਰ ਚਾਰਜ ਹੁੰਦੇ ਉਹਦੇ ਨਾਲ ਨਾਲ $490 ਦੀ ਮਿਨੀਮਮ ਟਿਕਟ ਤੁਹਾਨੂੰ ਮਿਲਣੀ ਹੈ ਜੇ ਕੋਈ ਇਹਨੂੰ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਸੋ ਇਸੀ ਤਰ੍ਹਾਂ ਜਿਹੜੇ ਸਾਡੇ ਟੋ ਟਰੱਕ ਭਾਈਚਾਰਾ ਹੈਗਾ ਉਹਨਾਂ ਲਈ ਵੀ ਸਰਕਾਰ ਨੇ ਸੇਫਟੀ ਦੇ ਪੱਖੋਂ ਕੁਛ ਇੰਤਜ਼ਾਮ ਕੀਤੇ ਨੇ ਪਹਿਲਾਂ ਹੁੰਦਾ ਸੀਗਾ ਕਿ ਜਿਹੜਾ ਫਾਇਰ ਹੈ ਟਰੱਕ ਪੁਲਿਸ ਹੈ ਜਾਂ ਜਿਹੜੀ ਐਂਬੂਲੈਂਸ ਹੈ ਜੇ ਤੁਸੀਂ ਗੱਡੀ ਉਹਨਾਂ ਦੀ ਗੱਡੀ ਸਾਈਡ 'ਤੇ ਦੇਖੋ ਲੱਗੀ ਸੜਕ ਦੇ ਉੱਤੇ ਵਿਦ ਫਲੈਸ਼ਿੰਗ ਲਾਈਟਸ ਔਨ ਅਤੇ ਆਮ ਤੌਰ 'ਤੇ ਤਾਕੀਦ ਕੀਤੀ ਜਾਂਦੀ ਸੀ ਕਿ ਜੇ ਤੁਸੀਂ ਸੇਫ ਹੈਗੇ ਹੋ ਤਾਂ ਲੇਨ ਬਦਲ ਕੇ ਤੁਸੀਂ ਚਲੇ ਜਾਓ ਹੁਣ ਉਸੀ ਲੜੀ ਦੇ ਵਿੱਚ ਉਹਨਾਂ ਨੇ ਟੋ ਟਰੱਕਸ ਨੂੰ ਵੀ ਇੰਕਲੂਡ ਕਰ ਲਿਆ ਸੋ ਜੇ ਤੁਸੀਂ ਟੋ ਟਰੱਕ ਨੂੰ ਵੀ ਕਿਤੇ ਦੇਖਦੇ ਹੋ ਇਨ ਸਰਵਿਸ ਖੜਾ ਹੈ ਕਿਤੇ ਹਾਈਵੇ ਦੇ ਉੱਤੇ ਜਾਂ ਸੜਕ ਦੇ ਉੱਤੇ ਸਾਈਡ 'ਤੇ ਉਦਾਂ ਖੜਾ ਜਾਂ ਮਤਲਬ ਪਿੱਛੇ ਕਾਰ ਨੂੰ ਨਹੀਂ ਜੇ ਉਹ ਇਨ ਸਰਵਿਸ ਹੈ ਇਨ ਸਰਵਿਸ ਜੇ ਉਹ ਕਿਸੇ ਸਰਵਿਸ ਕਾਲ ਨੂੰ ਅਟੈਂਡ ਕਰ ਰਿਹਾ ਫਲੈਸ਼ਿੰਗ ਲਾਈਟਸ ਉਹਦੀਆਂ ਚੱਲ ਰਹੀਆਂ ਨੇ ਅਤੇ ਉਹ ਸੇਫਟੀ ਪੱਖੋਂ ਹੈ ਯੂ ਨੋ ਉਸ ਟਰੱਕ ਟੋ ਟਰੱਕ ਓਪਰੇਟਰ ਦੀ ਵੀ ਸੇਫਟੀ ਹੈ ਤੁਹਾਡੀ ਆਪਣੀ ਵੀ ਸੇਫਟੀ ਹੈ ਕਿਉਂਕਿ ਬਹੁਤ ਵਾਰ ਦੇਖਣ 'ਚ ਆਇਆ ਕਿ ਨਾ ਸਿਰਫ ਲੋਕ ਖੁਦ ਯੂ ਨੋ ਸੱਟ ਲੱਗਦੀ ਹੈ ਬਲਕਿ ਉਸ ਪੁਲਿਸ ਅਫਸਰ ਨੂੰ ਵੀ ਉਸ ਐਂਬੂਲੈਂਸ ਵਾਲੇ ਨੂੰ ਵੀ ਯੂ ਨੋ ਫਟੜ ਕਰ ਦਿੰਦੇ ਨੇ ਸੋ ਆਹ ਚੀਜ਼ਾਂ ਫਰਕ ਆਇਆ ਇਹਦੇ ਨਾਲ ਨਾਲ ਜੇ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਨੋ ਡਾਊਟ ਟਰੱਕਿੰਗ ਇੰਡਸਟਰੀ ਕਾਫੀ ਜ਼ਿਆਦਾ ਗਰੋ ਕਰ ਰਹੀ ਹੈ ਸਾਡਾ ਭਾਈਚਾਰਾ ਵੀ ਗਰੋ ਕਰ ਰਿਹਾ ਲੇਕਿਨ ਉਹਦੇ ਨਾਲ ਨਾਲ ਹੀ ਪ੍ਰੋਫੈਸ਼ਨਲ ਟਰੱਕ ਡਰਾਈਵਰਸ ਦੀ ਸ਼ਾਰਟੇਜ ਬਹੁਤ ਜ਼ਿਆਦਾ ਹਜੇ ਵੀ ਲੋਕਾਂ ਨੂੰ ਯੂ ਨੋ ਜਿਹੜੇ ਲੋਕ ਜੋਬਸ ਲਾਇਸੈਂਸ ਲੈ ਲੈਂਦੇ ਨੇ ਉਹਨਾਂ ਨੂੰ ਵਧੀਆ ਕੰਪਨੀ ਨਾਲ ਜੁੜਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਸਟੈਂਡਰਡ ਹੈ ਉਹ ਸਬ ਸਟੈਂਡਰਡ ਹੈ ਸੋ ਇਹਦੇ ਵਿੱਚ ਓਨਟੈਰੀਓ ਸਰਕਾਰ ਹੁਣ ਪਹਿਲਕਦਮੀ ਕਰ ਰਹੀ ਹੈ ਕਿ ਇੱਕ ਮੈਂਡੇਟਰੀ ਐਲੀਮੈਂਟਰੀ ਲੈਵਲ ਟ੍ਰੇਨਿੰਗ ਹੋਵੇ ਤਾਂ ਕਿ ਸਭ ਜਿਹੜੇ ਡਰਾਈਵਰਸ ਨੇ ਜਿਹੜੇ ਨਵੇਂ ਲਾਇਸੈਂਸ ਲੈਂਦੇ ਨੇ ਉਹਨਾਂ ਨੂੰ ਇੱਕੋ ਤਰ੍ਹਾਂ ਦੀ ਟ੍ਰੇਨਿੰਗ ਮਿਲੇ ਜਿਹੜੇ ਇੱਥੇ $900 $800 ਵਿੱਚ ਇਹਨਾਂ ਨੇ ਇਹਨੂੰ ਠੇਕੇ 'ਤੇ ਲਾਇਸੈਂਸ ਹੋ ਜਾਂਦਾ ਉਹ ਚੀਜ਼ਾਂ ਫਿਰ ਅਲਟੀਮੇਟਲੀ ਖਤਮ ਹੋ ਜਾਣਗੀਆਂ ਆਉਣ ਵਾਲੇ ਸਾਲ ਦੇ ਵਿੱਚ ਔਰ ਇਸੀ ਤਰ੍ਹਾਂ ਜਿਹੜੇ ਇਲੈਕਟ੍ਰੋਨਿਕ ਲੌਗ ਡਿਵਾਈਸਿਸ ਨੇ ਜਿਹਨਾਂ ਨੂੰ ELD ਕਿਹਾ ਜਾਂਦਾ ਉਹ ਅਗਲੇ ਸਾਲ ਯੂ ਨੋ ਜਿਹੜਾ 2017 ਦੇ ਵਿੱਚ ਅਮਰੀਕਾ ਦੇ ਵਿੱਚ ਮੈਂਡੇਟਰੀ ਹੋ ਜਾਏਗਾ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੀ ਜਿਹੜੀ ਟਰਾਂਸਪੋਰਟ ਕੈਨੇਡਾ ਹੈਗਾ ਫੈਡਰਲ ਅਦਾਰਾ ਉਹ ਵੀ ਇਹਨੂੰ ਜ਼ਰੂਰ ਅਮਲੀ ਜਾਮਾ ਪਹਿਨਾਏਗਾ ਔਰ ਸਾਡੇ ਨਾਲ ਮੇਰੇ ਖਿਆਲ ਕੁਛ ਇੱਕ ਕਾਲਰਸ ਵੀ ਸ਼ਾਇਦ ਜੁੜੇ ਨੇ ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਬਲਤੇਜ ਪੰਨੂ ਉਹਨਾਂ ਬਾਰੇ ਪੁੱਛਣਾ ਸੀ ਵੀ ਕੀ ਬਣਿਆ ਉਹਨਾਂ ਦਾ ਬਲਤੇਜ ਪੰਨੂ ਦਾ ਭੈਣ ਜੀ ਇੱਦਾਂ ਹੋਇਆ ਜੀ ਉਹਨਾਂ ਦੀ 29 ਤਰੀਕ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਸੀਗੀ ਹਾਂਜੀ ਔਰ ਉਸ ਪੇਸ਼ੀ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਬੇਲ ਜ਼ਮਾਨਤ ਨਹੀਂ ਮਿਲੀ 4 ਜਨਵਰੀ
ਹਾਲਾਂਕਿ ਕਿਉਂਕਿ ਜਿਹੜਾ ਉਹਨਾਂ ਦਾ ਜਿਹੜਾ ਹੈ ਪਿੱਛਾ ਹੈ ਜੀ ਉਹ ਜਿਹੜੀ ਮੌਕੇ ਦੇ ਹਾਕਮਾਂ ਦੇ ਨਾਲ ਪੈ ਗਿਆ ਆਪਾਂ ਸਾਰੇ ਜਣੇ ਜਾਣਦੇ ਹਾਂ, ਪਰ ਮੈਨੂੰ ਲੱਗਦਾ ਆ ਕਿ ਚਾਂਸ ਸੀ ਜਿਹੜੇ ਆ ਜੀ ਬੇਲ ਦੇ ਚਾਰਜ ਇੰਟਰਵਿਊ ਨੂੰ ਵੀ ਜਿਹੜੇ ਆ ਉਹ ਬਹੁਤ ਘੱਟ ਹੋਣੇ ਆ। ਹਾਲਾਂਕਿ ਜਿਹੜਾ ਇਹ ਸਾਰਾ ਤਾਣਾ ਬਾਣਾ ਰਚਿਆ ਗਿਆ ਜੀ ਮੌਕੇ ਦੇ ਹਾਕਮਾਂ ਵੱਲੋਂ ਉਹਦੇ ਵਿੱਚ ਕੋਈ ਐਡੀ ਜਾਨ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ, ਪਰ ਕਿਉਂਕਿ ਸਾਨੂੰ ਜਿਹੜਾ ਜੀ ਉੱਥੇ ਲੋਇਰ ਜਿਹੜੇ ਆ ਉਹ ਕਰਨੇ ਪੈ ਰਹੇ ਨੇ ਜਿਹੜੇ ਵੱਡੇ ਵੱਡੇ ਆ, ਇਸ ਕਰਕੇ ਅਸੀਂ ਇੱਕ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਫੇਸਬੁੱਕ 'ਤੇ ਵੀ ਹੈਗੀ ਆ, ਇੱਕ ਅਕਾਊਂਟ ਜਿਹੜਾ ਬਣਾਇਆ ਹੋਇਆ ਜੀ ਉਹ ਬਲਤੇਜ ਭਾਅ ਜੀ ਹੋਣਾ ਵਾਸਤੇ ਅਸੀਂ ਜਿਹੜੇ ਆ ਪੈਸੇ ਉਹ ਇਕੱਠੇ ਕਰ ਰਹੇ ਹਾਂ ਤਾਂ ਕਿ ਕੋਈ ਹੋਰ ਕੋਈ ਉੱਚ ਪੱਧਰ ਦਾ ਜਿਹੜਾ ਲੋਇਰ ਆ ਉਹ ਕੀਤਾ ਜਾ ਸਕੇ, ਕਿਉਂਕਿ ਜਿਹੜੀ ਆ ਮੇਨ ਗੱਲ ਆ ਜ਼ਮਾਨਤ ਤੋਂ ਬਾਅਦ ਜੇ ਰਿਹਾਅ ਹੋਣਗੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਜਿਹੜੀ ਉਹ ਪਊਗੀ। ਇਹ ਆ ਜੀ ਲੇਟੈਸਟ ਉਹਨਾਂ ਦੀ ਜਾਣਕਾਰੀ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਹਾਂਜੀ, ਓਕੇ ਜੀ, ਓਕੇ ਬਾਏ। ਹਾਂਜੀ, ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਟਰਕਿੰਗ ਇੰਡਸਟਰੀ। ਹਾਂਜੀ, ਟਰਕਿੰਗ ਇੰਡਸਟਰੀ ਦੀ ਮੈਂ ਗੱਲ ਕਰ ਰਿਹਾ ਸੀਗਾ। ਇਲੈਕਟ੍ਰੋਨਿਕ ਲੌਗ ਡਿਵਾਈਸਿਸ ਨੇ ਜਿਹੜੇ ਅੱਗੇ ਕੀ ਹੁੰਦਾ ਕਿ ਆਵਰਸ ਆਫ ਸਰਵਿਸ ਲੌਗ ਬੁੱਕ ਭਰਦੇ ਆ। ਲੌਗ ਬੁੱਕ ਯੂਨੋ ਕਈ ਵਾਰ ਸੁਣਨ ਦੇਖਣ 'ਚ ਆਇਆ ਕਿ ਜੀ ਦੋ ਦੋ ਲੌਗ ਬੁੱਕਾਂ ਰੱਖੀਆਂ ਹੁੰਦੀਆਂ ਡਰਾਈਵਰਾਂ ਨੇ, ਇੱਕ MTO ਦੇ ਅਫਸਰਾਂ ਵਾਸਤੇ ਔਰ ਇੱਕ ਯੂਨੋ ਦੂਸਰੇ ਵਾਸਤੇ। ਸੋ ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਖਤਮ ਹੋ ਜਾਣਗੀਆਂ ਕਿਉਂਕਿ ਉਹ ਸੇਫ ਨਹੀਂ ਹੈ। ਉਹ ਇਲੈਕਟ੍ਰੋਨਿਕਲੀ ਕਰਤਾ ਹਾਂ, ਇਲੈਕਟ੍ਰੋਨਿਕਲੀ 2017 ਬਹੁਤ ਸਾਰੇ ਕੈਰੀਅਰਸ ਦਾ ਜਿਹੜੇ ਵਧੀਆ ਐਪ ਦੇ ਉੱਤੇ ਕਰਦੇ ਨਹੀਂ, ਉਹ ਡਿਵਾਈਸਿਸ ਹੁੰਦੇ ਨੇ ਉਹ ਤੁਹਾਡੇ ਯੂਨੋ ਟਰੱਕ ਦੇ ਨਾਲ ਅਟੈਚ ਨੇ, ਉਹਨੇ ਆਪਣੇ ਆਪ ਤੁਹਾਡੀ ਰਿਕਾਰਡਿੰਗ ਕਰੀ ਜਾਣੀ ਹੈ ਕਿ ਕਿੰਨੇ ਤੁਸੀਂ ਟਰੱਕ ਚਲਾਇਆ, ਕਿਸ ਤਰ੍ਹਾਂ ਨਹੀਂ ਚਲਾਇਆ। ਉਹਦੇ ਵਿੱਚ ਬੜੀ ਐਡਵਾਂਸ ਟੈਕਨੋਲੋਜੀ ਆ ਗਈ ਹੈ। ਸੋ ਉਹ 2017 ਦੇ ਵਿੱਚ ਮੈਂਡੇਟਰੀ ਹੋ ਰਿਹਾ US ਵਿੱਚ। ਸੋ ਜਿਹੜਾ ਵੀ ਟਰੱਕ US ਵਿੱਚ ਚੱਲੇਗਾ, ਚਾਹੇ ਓਨਟੈਰੀਓ ਦਾ ਹੈਗਾ ਜੋ US ਜਾ ਰਿਹਾ, ਉਹਨਾਂ ਨੂੰ ELT ਡਿਵਾਈਸਿਸ ਉਹ ਮੈਂਡੇਟਰੀ ਹੋ ਜਾਏਗਾ। ਬਹੁਤ ਸਾਰੀ ਤਾਰ ਲਾ ਲਿਆ ਕਰਨੀ ਹੈ ਤਾਂ ਯਾਦ ਹੈ ਦੇਖੋ ਪੰਜਾਬ ਦੇ ਵਿੱਚ ਤਾਰ ਲਾ ਲੈਂਦੇ ਸੀਗੇ ਜਦੋਂ ਮੀਟਰ ਨੂੰ ਵੀ ਜਿਹੜੀ ਆ ਉੱਥੇ ਬਿਜਲੀ ਚੋਰੀ ਵਾਸਤੇ। ਹਾਂਜੀ ਹਾਂਜੀ ਹਾਂਜੀ, ਔਰ ਆਸ ਕਰਦਾ ਕਿ ਇੱਥੇ ਉਹੋ ਜਿਹਾ ਕੰਮ ਨਹੀਂ ਕਰਨਗੇ ਕਿਉਂਕਿ ਸੇਫਟੀ ਪਹਿਲਾਂ ਆ, ਸੇਫਟੀ ਫਸਟ। ਆ ਹੁਣੇ ਪਿੱਛੇ ਮੇਰਾ ਖਿਆਲ ਇੱਕ ਡੈਥ ਵੀ ਹੋਈ ਹੈ ਇੱਕ ਆਪਣੇ ਟਰੱਕ ਡਰਾਈਵਰ ਭਰਾ ਦੀ। ਹਾਂਜੀ ਹਾਂਜੀ, ਸੋ ਅਨਫੋਰਚੁਨੇਟ। ਬਿਲਕੁਲ ਜੀ, ਬਹੁਤ ਸਾਰੇ ਇਸ ਤਰ੍ਹਾਂ ਦੇ ਇੰਸੀਡੈਂਟਸ ਸੁਣਨ ਨੂੰ ਮਿਲਦੇ ਨੇ, ਦੇਖਣ ਨੂੰ ਮਿਲਦੇ ਨੇ। ਯੂ ਨੋ ਯੰਗ ਡਰਾਈਵਰਸ ਦੀ ਮੌਤ ਹੋ ਰਹੀ ਹੈ ਕਈ ਵਾਰ, ਯੂ ਨੋ ਟਰੱਕ ਬੇਕਾਬੂ ਹੋ ਜਾਂਦਾ, ਕਈ ਵਾਰ ਉਨਿੰਦਰੇ ਉਹ ਚਲਾ ਰਹੇ ਹੁੰਦੇ ਨੇ, ਕਈ ਵਾਰ ਕਿਸੇ ਹੋਰ ਵਹੀਕਲ ਦੀ ਗਲਤੀ ਹੁੰਦੀ ਹੈ। ਗਲਤੀ ਚਾਹੇ ਕਿਸੇ ਦੀ ਵੀ ਹੋਵੇ, ਜਿਸ ਵੇਲੇ ਕੁਲੀਜਨ ਹੁੰਦਾ ਤਾਂ ਆਹ ਨਹੀਂ ਪਤਾ ਚੱਲਦਾ ਕਿ ਕੁਲੀਜਨ ਦੇ ਵਿੱਚ ਕਿਸ ਸ਼ਖਸ ਨੂੰ ਸੱਟਾਂ ਲੱਗਣਗੀਆਂ, ਕਿਹੜਾ ਸ਼ਖਸ ਆਪਣੀ ਜਾਨ ਤੋਂ ਹੱਥੋਂ ਬੈਠੇਗਾ। ਸੋ ਬੇਨਤੀ ਸਾਡੀ ਹੱਥ ਜੋੜ ਕੇ ਆਹੀ ਹੈ ਕਿ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਆ ਰਹੇ ਹੋ ਜਾਂ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਕਿਸੇ ਵੀ ਕਿੱਤੇ ਨੂੰ ਤੁਸੀਂ ਅਡੋਪਟ ਕਰ ਰਹੇ ਹੋ ਤਾਂ ਪਲੀਜ਼ ਕੰਡਕਟ ਯੋਰ ਸੈਲਫ ਪ੍ਰੋਫੈਸ਼ਨਲੀ। ਔਰ ਇਹਦੇ ਨਾਲ ਨਾਲ ਕੁਇਕਲੀ ਮੈਂ ਐਡ ਕਰ ਦੂੰਗਾ ਦੀਪਕ ਸਾਹਿਬ ਕਿ 2015 ਦੇ ਵਿੱਚ ਕੰਟੇਨਰ ਸਟਰਕਰ ਜਿਹੜੀ ਟਰੱਕਿੰਗ ਐਸੋਸੀਏਸ਼ਨ ਆਫ ਓਨਟੈਰੀਓ ਹੈ, ਉਹਨਾਂ ਨੇ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਸੀ, ਉਹਨਾਂ ਨੇ ਫਿਰ ਸਟ੍ਰਾਈਕ ਕੀਤੀ, ਤੁਹਾਨੂੰ ਯਾਦ ਹੋਏਗਾ। ਸੋ ਉਹ ਸਪਟੈਂਬਰ ਅਕਤੂਬਰ ਦੇ ਦੌਰਾਨ, ਸੋ ਫਾਈਨਲੀ ਜਿਹੜੀ ਉਹਨਾਂ ਦੀਆਂ ਜੈਨੂਇਨ ਡਿਮਾਂਡਸ ਨੇ ਡਿਮਾਂਡ ਸੀਗੀਆਂ ਉਹਨਾਂ ਨੂੰ ਮੰਨ ਲਿਆ ਗਿਆ। ਔਰ ਉਮੀਦ ਕਰਦੇ ਹਾਂ, ਮੈਂ ਕਿਉਂਕਿ ਉਹ ਸਟ੍ਰਾਈਕ ਦੇ ਵਿੱਚ ਕਾਫੀ ਜਾਂਦਾ ਰਿਹਾ, ਉਹਨਾਂ ਦੇ ਜਿਹੜੇ ਯੂਨੋ ਯੂਨੀਅਨ ਦੇ ਮੈਂਬਰ ਸੀਗੇ ਐਸੋਸੀਏਸ਼ਨ ਦੇ ਮਿਲਦਾ ਰਿਹਾ, ਅਤੇ ਮੈਨੂੰ ਬੜੀ ਉਹਨਾਂ ਵਿੱਚ ਪ੍ਰੋਫੈਸ਼ਨਲਿਜ਼ਮ ਨਜ਼ਰ ਆਈ। ਅੱਛਾ, ਜੋ ਕਿ ਪਹਿਲੇ ਕੁਛ ਇੱਕ ਸਾਲ ਪਹਿਲਾਂ ਨਹੀਂ ਨਜ਼ਰ ਆਉਂਦੀ ਸੀ। ਅੱਛਾ, ਸੋ ਜਿਹੜਾ ਇੱਕ ਜਨਰੇਸ਼ਨਲ ਗੈਪ ਜਾਂ ਜਿਹੜਾ ਜਨਰੇਸ਼ਨਲ ਚੇਂਜ ਆ ਰਹੀ ਹੈ ਨਾ ਪ੍ਰੋਫੈਸ਼ਨਲਿਜ਼ਮ ਦੀ, ਉਹ ਇੱਕ ਸਵਾਗਤੀ ਉਹਨੂੰ ਸਵਾਗਤ ਕਰਨਾ ਚਾਹੀਦਾ। ਔਰ ਇਸੀ ਲਈ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਇੱਕ ਵਿੱਚ ਜਿਹੜਾ ਐਡਵੋਕੇਟ ਯੂਨੋ ਜਿਹੜਾ ਵਿੱਚ ਫਿੱਟ ਕੀਤਾ ਹੋਇਆ ਸੀਗਾ, ਜਿਹਨਾਂ ਨੂੰ ਲੋਬੀਸਟ ਕਹਿੰਦੇ ਨੇ, ਉਹਨੇ ਆਪਣੇ ਯੂਨੋ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਦੀ ਮੰਗਾਂ ਡਿਲੀਵਰ ਕਰਵਾਈਆਂ। ਸੋ ਆਈ ਥਿੰਕ ਮੂਵਿੰਗ ਅਹੈਡ ਇਸ ਤਰ੍ਹਾਂ ਦੀ ਸਟ੍ਰਾਈਕ ਕਰਨ ਦਾ ਹੁਣ ਅੱਗੇ ਉਹਨਾਂ ਨੂੰ ਮੌਕਾ ਨਹੀਂ ਮਿਲੇਗਾ। ਇਹ ਜਿਹੜਾ ਤੁਸੀਂ ਟਰੱਕ ਸ਼ੋਅ ਕਰਦੇ ਹੋ ਉਹ ਕਿਹੜੇ ਮਹੀਨੇ 'ਚ ਹੁੰਦਾ ਹੈ ਤੁਹਾਡਾ? ਉਹ ਜੀ ਮਈ ਦੇ ਮਹੀਨੇ ਹੁੰਦਾ। ਔਰ ਉਹਦੇ ਵਿੱਚ ਜੇ ਕਿਸੇ ਨੇ ਆਪਣਾ ਸਟਾਲ ਬੁੱਕ ਕਰਵਾਉਣਾ ਹੋਵੇ ਜਾਂ ਤੁਹਾਡੇ ਤੋਂ ਕੋਈ ਵੱਖਰੀ ਜਾਣਕਾਰੀ ਲੈਣੀ ਹੋਵੇ ਤਾਂ ਕੋਈ ਵੈਬਸਾਈਟ ਵਗੈਰਾ ਵੀ ਹੈਗੀ ਤਾਂ? ਬਿਲਕੁਲ ਜੀ, roadtodaytruckshow.com ਦੇ ਉੱਤੇ ਜਾ ਕੇ ਤੁਸੀਂ ਡਿਟੇਲ ਜਾਣਕਾਰੀ ਲੈ ਸਕਦੇ ਹੋ। ਹਰ ਸਾਲ ਮਈ ਦੇ ਵਿੱਚ ਜਿਹੜਾ ਲੌਂਗ ਵੀਕਐਂਡ ਤੋਂ ਅਗਲਾ ਵੀਕਐਂਡ ਹੁੰਦਾ, ਉਸ ਵੇਲੇ ਆ ਸ਼ੋਅ ਲੱਗਦਾ, ਫ੍ਰੀ ਆਫ ਕੋਸਟ ਇਹਦੀ ਐਂਟਰੀ ਹੁੰਦੀ ਹੈ। ਔਰ 2016 ਦੇ ਵਿੱਚ 8ਵਾਂ ਸਾਲਾਨਾ ਰੋਡਟੋਡੇ ਸ਼ੋਅ ਔਰ ਜੋਬ ਫੇਅਰ ਬ੍ਰੈਂਪਟਨ ਦੇ ਸੌਕਰ ਸੈਂਟਰ ਵਿੱਚ ਲੱਗੇਗਾ। ਔਰ ਉਮੀਦ ਕਰਦੇ ਹਾਂ ਕਿ ਕਮਿਊਨਿਟੀ ਦਾ ਪਿਆਰ ਔਰ ਇੰਡਸਟਰੀ ਦਾ ਸਹਿਯੋਗ ਹਰ ਸਾਲ ਦੀ ਤਰ੍ਹਾਂ ਮਿਲਦਾ ਰਹੇਗਾ। ਬਿਲਕੁਲ ਮਨਨ ਜੀ, ਇਸ ਤੋਂ ਬਾਅਦ ਆਪਾਂ ਟਰੱਕਿੰਗ ਦੇ ਨਾਲ ਰਿਲੇਟਡ ਗੱਲ ਹੋਈ, ਕਿਉਂਕਿ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਅਸੀਂ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ ਕਿ ਅਸੀਂ ਕੈਨੇਡਾ ਦੀ ਗੱਲ ਕਰਾਂਗੇ, ਫਿਰ ਓਨਟੇਰੀਓ ਦੀ ਕਰਾਂਗੇ, ਫਿਰ ਸਿਟੀ ਆਫ ਬ੍ਰੈਂਪਟਨ ਦੀ ਕਰਾਂਗੇ, ਥੋੜ੍ਹੀ ਬਹੁਤੀ ਜਿਹੜੀ ਆ ਇੰਡੀਆ ਦੀ ਜਾਂ ਇੰਟਰਨੈਸ਼ਨਲ ਨਿਊਜ਼ ਕਵਰ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਨਾਲ, ਕਿਉਂਕਿ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਜੁੜਿਆ ਹੋਇਆ ਔਰ ਇਸੇ ਇੰਡਸਟਰੀ ਨਾਲ ਰਿਲੇਟਡ ਹੈ ਜੀ ਰੀਅਲ ਸਟੇਟ, ਕਿਉਂਕਿ ਜੇ ਟਰੱਕਾਂ ਦੇ ਜਿਹੜੇ ਆ ਚੱਕੇ ਚੱਲਦੇ ਆ, ਟਾਇਰ ਚੱਲਦੇ ਆ, ਅਤੇ ਉਹਦੇ ਨਾਲ ਇਕੋਨਮੀ ਵੀ ਜਿਹੜੀ ਆ ਵੱਧਦੀ ਆ। ਮਨਨ ਜੀ, ਕਿਉਂਕਿ ਤੁਸੀਂ ਵੀ ਰੀਅਲਟਰ ਹੋ, ਬਿਲਕੁਲ, ਰੀਅਲ ਸਟੇਟ ਦੀ ਮਾਰਕੀਟ ਲਾਸਟ ਪਿਛਲੇ ਸਾਲਾਂ ਦੀ ਤਰ੍ਹਾਂ ਜਿਹੜੀ ਆ ਉਹ ਇਸ ਸਾਲ ਫਿਰ ਵਧੀ ਆ, ਔਰ ਇਹਦੇ ਵਿੱਚ ਅਮੈਰੀਕਾ ਦੇ ਵਿੱਚ ਜਿਹੜੀ ਆ ਉਹ 5.5% ਜਿਹੜੀ ਮਾਰਕੀਟ ਘਰਾਂ ਦੀ ਆਲਰੇਡੀ ਵੱਧ ਚੁੱਕੀ ਆ। ਓਨਟੇਰੀਓ ਦੀ ਮਾਰਕੀਟ ਵੀ ਆਲਮੋਸਟ 7-8% ਜਿਹੜੀ ਆ ਉੱਪਰ ਗਈ ਆ ਪਿਛਲੇ ਸਾਲਾਂ ਦੇ ਮੁਕਾਬਲੇ ਦੇ ਵਿੱਚ। ਥੋੜ੍ਹੀ ਜਿਹੀ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਲਿਬਰਲ ਸਰਕਾਰ ਜਦੋਂ ਬਣੀ, ਹਾਲਾਂਕਿ ਪਹਿਲੀ ਜਿਹੜੀ ਕੰਜ਼ਰਵੇਟਿਵ ਪਾਰਟੀ ਸੀਗੀ
5 लाख तक तो 5% डाउन पेमेंट दे सकते हैं जी। जे सपोज करो 6 लाख का घर आ 5 लाख तक 5% रहेगी, जिहड़ा उस तो बाद 1 लाख उपर लाया उहदे उत्ते हैव टू उन्होंने 10% जी डाउन पेमेंट करनी पेगी। हालांकि रूल एडा वड्डा नहीं हैगा, पर आप कह सकते हैं कि हो सकता है कि ग्राउंड टैसटिंग कर रहे हुण आने वाले टाइम के हो सकता कि जो इंट्रस्ट रेट है वह वधाया जाए ता कि मार्केट जी उसनू थोड़ा जहा ठंडी किया जाने का जोड़ा खदशा नज़र आ रहा सरकार वालों। हालांकि क्योंकि इमीग्रेंट्स इन्ने आ रहे हैं हुण तो सुखना जोड़े सीरिया तो रिफ्यूजी भी बहुत आ गए ने, और यह भी एक बहुत वड्डा मुद्दा सीगा अपना इलेक्शन इलेक्शन का। हालांकि जे आप थोड़ा जहा कंपैशनेट होकर देखिए तो यह मुद्दा कुछ हद तक ठीक भी आ, पर मैनू लगता है कि लेबर पक्षों हो सकता कि सरकार ये सोचती हो कि सानू एक तो बंदे आ रहे ने एक चीप लेबर मिलती पई आ। बिल्कुल देखो दीपक साहब, इनू मैं चीप लेबर नहीं मतलब जी ना टर्मिनोलॉजी है मैं समझता कि असं रिफ्यूजीज से ना इंप्लीमेंट करिए, क्योंकि बड़े औखे वेले तो अपने आप नू जान बचा के आ रहे हैं, उन्होंने रीहैबिलिटेट होने आ रहे हैं। नो डाउट जो भी बंदा इतने आता है उन्हें एक नवी जिंदगी शुरुआत करनी है, काम उन्हें किसी ना किसी लैवल तो करना स्टार्ट करना है ना। असं सारे भी उस जैसी कैटेगरी असं भी लेबरर हैं, असं रोज़ काम करते हैं, रोज़ यूनो अपना घर चलाने हैं। सो डेफिनेटली मैं समझता कि चाहे वह फैडरल सरकार है जी सूबे दरकार ने उन्होंने बड़ी वधिया पहलकदमी की है कि सीरिया के जो रिफ्यूजीज ने आने की लखा की तादाद में आ रहे हैं, उन्होंने बड़ी गिनती लिमिटेड गिनती है कुछ 1,000 यूनो 8-10 हज़ार पहले आने ने, उस तो बाद सरकार कह रही है कि जी असं 25,000 तक लैवल जावे। और जॉन मैकलन साहब ने तो भी रिसेंटली किया कि हो सकता है असं 50,000 सीरियन रिफ्यूजीज 2016 या 2017 के मिड तक बुला लिए। कैनेडा के इन अपॉर्चुनिटीज़ ने, कैनेडा इन्ना वड्डा यूनो देश हैगा, इन्ना इतने यूनो लैंडमार्क हैगा, सो सीरियन रिफ्यूजीज इको जगह पर आके नहीं सारे बस रहे, वो वक्रे वक्रे शहरों में जा रहे हैं। बहुत सारे सीरियन रिफ्यूजीज प्राइवेट स्पॉन्सर्स ने जिन्हें समझ लो मैं इतने सीरिया तो आया हुआ मैं अपने किसी भरा रिश्तेदार बुलाना मैं उन्होंने स्पॉन्सर किया, सो अद्धे जने उस कैटेगरी में आ रहे हैं। सो डेफिनेटली डाइवर्स जो चांसिज आ बहुत घट जाते हैं कि कोई बंदा कि बैकग्राउंड जी टैररिज्म रिलेटेड होगी, चांसिज बहुत घट जाते हैं। डेफिनेटली जी सरकार ने बहुत सारे ये ना मल्टी लैवल चैकिंग हो रही है, और इसीलिए सरकार का जो इनिशियल टारगेट सगा कि 31 दिसंबर तक असं 10,000 लोगों को लैके आवेंगे वो पूरा नहीं कर पा रही, क्योंकि दे वॉन्ट टू मेक इनश्योर कि कोई बैड एप्पल ना उतो आ जाए। तुहानू लगता मनोज जी कि जो जदों सरकार ने कहा कि असी जो रोंग आ असी सीरियन रिफ्यूजीज नहीं लैके आवे कंजरवेटिव पार्टी ने लास्ट टाइम जो सरकार सी उन्हां दी, तुहानू लगता कि जिहड़े नॉन मुस्लिम्स आ उन्हां नूं भी ये गल चंगी नहीं लगी ठीक नहीं लगी तां करके सारा फतवा जिहड़ा आ ओह जां जिहड़ा तख्ता पलट होया सरकार दा? देखो जिहड़े कैनेडियनस ट्रैडिशनली दे आर वेरी कंपैशनेट पीपल, असीं सारे मैनू चलो असीं तां हुण इंडिया तो आए हैं 10-12 साल पहले, लेकिन जिहड़ा ट्रैडिशनल कैनेडा दी इमेज हैगी ओह कंपैशन तो जानी जाती है। सो जिसले कंजरवेटिव पार्टी दे वल्लों या कंजरवेटिव सरकार वल्लों सीरियन रिफ्यूजीज दे लई इन्नी कोई हाँ पक्की पॉलिसीज नहीं अगे आ रही सी, हालांकि ओपोजिशन दबा पा रही सी चाहे NDP है लिबरल है, लेकिन जिहड़ा उन्हां दा एटीट्यूड सीगा ना ਉਹ ਮੇਰੇ ਖਿਆਲ ਸੀਗਾ ਕਿ ਚੱਲ ਯੂ ਨੋ ਦਿਸ ਇਜ਼ ਨੋਟ ਆਵਰ ਪ੍ਰਾਇਰਟੀ, ਉਹਨਾਂ ਲਈ ਪ੍ਰਾਇਰਟੀਜ਼ ਹੋਰ ਸੀਗੀਆਂ, ਉਹਨਾਂ ਨੇ ਪ੍ਰਾਇਰਟੀਜ਼ ਉਹ ਵੋਟ ਬੈਂਕ ਨੂੰ ਬਣਾਇਆ ਹੋਇਆ ਸੀਗਾ ਡਿਫਰੈਂਟ ਵੋਟ ਬੈਂਕਸ ਨੂੰ। ਸੋ ਔਰ ਉਸੇ ਕਾਰਨ ਹੋਇਆ ਕਿ ਜਿਹੜੀ ਯੂ ਨੋ ਸਰਕਾਰ ਦਾ ਤਖਤਾ ਪਲਟਿਆ ਔਰ ਸਰਕਾਰ ਇੱਕ ਨਵੀਂ ਪਾਰਟੀ ਜਿਹੜੀ ਕਿ ਤੀਸਰੇ ਨੰਬਰ 'ਤੇ ਸੀਗੀ ਉਹਨੂੰ ਮੌਕਾ ਲੋਕਾਂ ਨੇ ਦਿੱਤਾ ਲਿਬਰਲ ਪਾਰਟੀ। ਦੋ ਮੁਲਕ ਆ ਮਨਨ ਜੀ, ਇੱਕ ਅਮਰੀਕਾ ਔਰ ਇੱਕ ਕਨੇਡਾ ਲਾਗੇ ਲੱਗੇ ਆ, ਕਾਫੀ ਸਾਂਝਾਂ ਵੀ ਆ ਸਾਡੀਆਂ ਸਾਡੇ ਜਿਹੜੇ ਹਾਲਾਂਕਿ ਭਾਵੇਂ ਡਾਲਰ ਜਿਹੜਾ ਆ ਬਹੁਤ ਥੱਲੇ ਆ ਚੁੱਕਾ ਆ ਜੀ ਜੀ, ਉਹਦੀ ਮਾਰ ਸਾਨੂੰ ਆਲਰੇਡੀ ਪੈ ਰਹੀ ਆ ਕਿਉਂਕਿ ਜੇ ਰੁਪਈਏ ਦੇ ਨਾਲ ਰਹੀਏ ਤਾਂ ਆਪਾਂ 48 ਰੁਪਈਏ ਆ, ਅਤੇ ਜਿਹੜਾ ਅਮੈਰੀਕਨ ਡਾਲਰ ਹੈ ਕੋਈ ਆਲਮੋਸਟ 62-63 ਰੁਪਏ ਦਾ ਹੈਗਾ ਆ। ਪਰ ਜੇ ਗੱਲ ਕਰੀਏ ਤਾਂ ਦੋਨਾਂ ਮੁਲਕਾਂ ਦੇ ਵਿੱਚ ਫਰਕ ਇਹ ਆ ਕਿ ਉੱਥੇ ਇੱਕ ਵੱਖਰੀ ਤਰ੍ਹਾਂ ਦੀ ਡਿਬੇਟ ਚੱਲ ਰਹੀ ਆ। ਹੁਣ ਜਿਹੜਾ ਡੋਨਲਡ ਟਰੰਪ ਹੋਣੀ ਆ ਉਹ ਕਹਿੰਦੇ ਨੇ ਕਿ ਮੁਸਲਿਮ ਜਿਹੜੇ ਉਹ ਬੈਨ ਕੀਤੇ ਜਾਣੇ ਚਾਹੀਦੇ ਨੇ ਅਮਰੀਕਾ ਦੇ ਵਿੱਚ। ਜਿਹੜਾ ਕਨੇਡਾ ਦੇ ਵਿੱਚ ਆ ਉਹ ਥੋੜ੍ਹਾ ਜਿਹਾ ਕੰਪੈਸ਼ਨੇਟ ਹੋ ਕੇ ਸੀਰੀਅਨ ਰਿਫਿਊਜੀਜ਼ ਨੂੰ ਵੀ ਲੈ ਕੇ ਆ ਰਹੇ ਨੇ ਤਾਂ ਕਿ ਉਹ ਜਿਹੜਾ ਜੀ ਹੋਰ ਇਸ ਸੁਸਾਇਟੀ ਦੇ ਵਿੱਚ ਵੀ ਆਪਣਾ ਵੱਧ ਫੁੱਲ ਸਕਣ ਅਤੇ ਆਪਣਾ ਘਰ ਵੀ ਜਿਹੜਾ ਉਹ ਚਲਾ ਸਕਣ, ਉੱਥੋਂ ਵਿਚਾਰੇ ਜਿਹੜੇ ਆ ਜੀ ਕੁੱਟ ਖਾ ਕੇ ਇੱਥੇ ਆ ਰਹੇ ਨੇ। ਪਰ ਡੋਨਲਡ ਟਰੰਪ ਦੇ ਉੱਤੇ ਤੁਹਾਡਾ ਜਿਹੜਾ ਉਹ ਕੀ ਆ ਜਿਹੜੀ ਤੁਹਾਡਾ ਦਿਮਾਗ ਕੀ ਕਹਿੰਦਾ? देखो डोनल्ड ट्रंप अगेन उन्होंने सिंस कैंडिडेट बनना है रिपब्लिकन पार्टी का, उन्होंने पूरी कोशिश इस वेल आई है कि मैं किसी तरह सब तो पहले तो जो पहला पड़ाव है उन्होंने पार कर लूँगा। सो उस पहले पड़ाव के लिए वो ऐसे बयान दे रहे हैं जो कि मैं समझता देने की कोई जरूरत नहीं हैगी, यू नो दीज आर ऑल वन साइडेड वो यू नो बयानबाजी कर रहे हैं कि जी मुस्लिम जे इतने उन्होंने इतने बैन कर दिया जाएगा, जे कोई आ भी गए उन्होंने वापस भेज दिया जाएगा। आई थिंक इस तरह की जरूरत बिल्कुल नहीं है। कैनेडा और जो अमेरिका है, अमेरिका की जी पॉपुलेशन है बड़ी डाइवर्स पॉपुलेशन है, बहुत सारे इमीग्रेंट्स वक्रे वक्रे देशों तो आके रहते हैं इंकलूडिंग इंडिया पाकिस्तान साउथ एशिया तो भी। सो डोनल्ड ट्रंप होनी नो डाउट उन्होंने पॉपुलैरिटी बढ़ रही क्योंकि वो अपने वोट बैंक
ਕਲਚਰ ਔਰ ਕਲਟੀਵੇਟ ਕਰ ਰਹੇ ਨੇ ਸੋ ਬੇਸਿਕਲੀ ਉਹ ਸਮੇਂ ਨੂੰ ਪਛਾਣਦੇ ਹੋਏ ਜਿਹੜੀ ਗੱਲ ਲੋਕਾਂ ਨੂੰ ਜਿੱਦਾਂ ਹੁਣ ਪਿਛੇ ਜਿਹੇ ਹਮਲਾ ਹੋਇਆ ਪੈਰਿਸ ਦੇ ਵਿੱਚ ਪੈਰਿਸ ਦੇ ਵਿੱਚ ਦੁਬਾਰਾ ਫਿਰ ਹਮਲਾ ਹੋਇਆ ਹਾਂਜੀ ਹਾਂਜੀ ਜਿਹੜਾ ਹੁਣ ਅਕਤੂਬਰ 'ਚ ਹੋਇਆ ਉਸ ਤੋਂ ਬਾਅਦ ਜਿਹੜਾ ਇੱਕ ਮੁਸਲਿਮ ਔਰਤ ਨੇ ਜਿਹੜਾ ਹੁਣ ਗੋਲੀਆਂ ਚਲਾਈਆਂ ਇੱਥੇ ਆਪਣਾ US ਦੇ ਵਿੱਚ ਜੀ 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 ਉਹਦੇ ਤੋਂ ਬਾਅਦ ਰਾਈਟ ਵੇ ਬਿਆਨ ਦਿੱਤਾ ਕਿ ਜੀ ਮੁਸਲਿਮ ਬੈਨ ਹੋਣੇ ਚਾਹੀਦੇ ਆ ਮਤਲਬ ਬੇਸਿਕਲੀ ਹੀ ਇਜ਼ ਪਲੇਇੰਗ ਵਿਦ ਫੀਅਰ ਐਂਡ ਇਮੋਸ਼ਨਸ ਬੋਥ ਐਗਜ਼ੈਕਟਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਉਹ ਫੀਅਰ ਔਰ ਇਮੋਸ਼ਨ ਦਾ ਜਿਹੜਾ ਕਾਰਡ ਹੈ ਨਾ ਉਹ ਤੁਰਬ ਦਾ ਪੱਤਾ ਉਹ ਚੱਲ ਰਹੇ ਨੇ ਜਸਟ ਟੂ ਬਿਕਮ ਦ ਨੋਮੀਨੇਸ਼ਨ ਕੈਂਡੀਡੇਟ ਹੋ ਸਕਦਾ ਕੈਂਡੀਡੇਟ ਬਣਨ ਤੋਂ ਬਾਅਦ ਤਾਂ ਵੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟਸ਼ਿਪ ਦੀ ਕੁਰਸੀ ਨਾ ਆਵੇ ਕਿਉਂਕਿ ਦੂਸਰੇ ਪਾਸੇ ਦੇਖਣਾ ਪਏਗਾ ਡੈਮੋਕ੍ਰੈਟਿਕ ਪਾਰਟੀ 'ਚੋਂ ਕੌਣ ਉਭਰ ਕੇ ਆਉਂਦਾ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ 2016 ਦੇ ਵਿੱਚ ਇਲੈਕਸ਼ਨ ਆ ਨਵੰਬਰ ਦੇ ਵਿੱਚ US ਦੇ ਜਿਹੜੇ ਪ੍ਰੈਜ਼ੀਡੈਂਟ ਦੀ ਰੇਸ ਆ 2015 ਦੀ ਗੱਲਬਾਤ ਕਰੀਏ ਤਾਂ ਫਿਰ ਇੱਕ ਵਾਰ ਪਿੱਛੇ ਲੈ ਕੇ ਜਾਂਦੇ ਹਾਂ ਤੁਹਾਨੂੰ ਮੋਦੀ ਸਾਹਿਬ ਜਿਹੜੇ ਆ ਕੈਨੇਡਾ ਦੇ ਦੌਰੇ ਦੇ ਉੱਤੇ ਆਏ ਔਰ ਇੱਥੇ ਆ ਕੇ ਪੈਂਦੇ ਆ ਸਾਰੇ ਉਹਨਾਂ ਨੇ ਕਿਹਾ ਕਿ 24 ਸਾਲਾਂ ਦੇ ਵਿੱਚ ਪਹਿਲੀ ਵਾਰ ਕੋਈ ਇੰਡੀਆ ਦਾ ਪ੍ਰਧਾਨ ਮੰਤਰੀ ਕੈਨੇਡਾ ਦੀ ਧਰਤੀ 'ਤੇ ਆਇਆ ਜਿਹੜਾ ਕਿ ਟੋਟਲੀ ਇਟ ਵਾਜ਼ ਰੈਡੀਕੁਲਸ ਬਿਆਨ ਦੋ ਤਿੰਨ ਸਾਲ ਪਹਿਲਾਂ ਹੀ G20 ਦੇ ਵਿੱਚ ਮਨਮੋਹਨ ਸਿੰਘ ਹੋਣੀ ਜਿਹੜੇ ਆਏ ਸੀਗੇ ਥੋੜ੍ਹਾ ਜਿਹਾ ਇਹਦੇ ਬਾਰੇ ਓਵਰਵਿਊ ਦੇ ਦਿਓ ਜੀ ਆਪਣੇ ਦਰਸ਼ਕਾਂ ਨੂੰ ਮੋਦੀ ਸਾਹਿਬ ਡੈਫੀਨੇਟਲੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਯਾਤਰਾ ਆਪਣੇ ਆਪ ਦੇ ਵਿੱਚ ਬੜੀ ਹਿਸਟੋਰੀਕਲ ਯਾਤਰਾ ਸੀਗੀ ਕਿਉਂਕਿ ਨੋ ਡਾਊਟ ਇੱਕ ਲੰਬੇ ਚਿਰ ਤੋਂ ਬਾਅਦ ਇੱਕ ਇੰਡੀਅਨ ਪ੍ਰਾਈਮ ਮਿਨਿਸਟਰ ਫਾਰਮਲੀ ਬਾਇਲੈਟਰਲ ਸੰਬੰਧਾਂ ਦੇ ਵਿੱਚ ਆਏ ਨੋ ਡਾਊਟ ਮਨਮੋਹਨ ਸਿੰਘ ਜੀ ਆਏ ਸੀਗੇ 2010 ਦੇ ਵਿੱਚ ਲੇਕਿਨ ਉਹ ਜਿਹੜਾ ਸਮਿਟ ਸੀਗਾ G20 ਦਾ ਉਹਨੂੰ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਨੋ ਡਾਊਟ ਉਹ ਰੁਕੇ ਵੀ ਲੇਕਿਨ ਦੋਨੋਂ ਦੇਸ਼ਾਂ ਦੇ ਵਿੱਚ ਇੰਨੀ ਲੰਬੀ ਜਿਹੜੀ ਜਿਹਨੂੰ ਕਹਿੰਦੇ ਆ ਪ੍ਰਾਈਮ ਮਿਨਿਸਟਰ ਦੀ ਫੇਰੀ ਉਹ ਕਾਫੀ ਸਾਲਾਂ ਤੋਂ ਬਾਅਦ ਹੋਈ ਸੀਗੀ ਘੁੰਮਣ ਵਾਲੀ ਸਟੇਜ ਜਿਹੜੀ ਪਹਿਲੀ ਵਾਰ ਲੱਗੀ ਪਈ ਸੀ ਖੈਰ ਘੁੰਮ ਤਾਂ ਮੋਦੀ ਸਾਹਿਬ ਰਹੇ ਨੇ ਯੂਨੋ ਕੈਨੇਡਾ ਵਾਸ ਵਨ ਆਫ ਦਾ ਸਪੋਟ ਜਿਹਨੂੰ ਕਹਿ ਲਓ ਸਟਾਪ ਕਹਿ ਲਓ ਜਾਂ ਸਪੋਟ ਕਹਿ ਲਓ ਪਹਿਲਾਂ ਮੋਦੀ ਸਾਹਿਬ ਨੂੰ ਵੀਜ਼ਾ ਨਹੀਂ ਮਿਲਦਾ ਹੁਣ ਘੁੰਮਣ ਨਹੀਂ ਹਟਦੇ ਡੈਫੀਨੇਟਲੀ ਲੋਕੀ ਇਹ ਕਹਿੰਦੇ ਕ੍ਰਿਟਿਕਸ ਡੈਫੀਨੇਟਲੀ ਜੀ ਕ੍ਰਿਟਿਕਸ ਦਾ ਕੰਮ ਹੈ ਉਹਨੂੰ ਕ੍ਰਿਟੀਕਲੀ ਐਨਾਲਾਈਜ਼ ਕਰਨਾ ਲੇਕਿਨ ਮੋਦੀ ਸਾਹਿਬ ਦੀ ਜਿਹੜੀ ਵਿਜ਼ਿਟ ਸੀਗੀ ਅਪ੍ਰੈਲ ਦੇ ਵਿੱਚ ਇੱਥੇ ਹੋਈ ਉਹਦੇ ਦੂਰਗਾਮੀ ਜਿਹੜੇ ਨਤੀਜੇ ਨੇ ਭਾਰਤ ਔਰ ਕੈਨੇਡਾ ਦੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਵਧਣਗੇ ਨਾ ਸਿਰਫ ਵਪਾਰ ਦੇ ਵਿੱਚ ਬਲਕਿ ਸੋਸ਼ਲ ਜਿਹੜਾ ਫੈਬਰਿਕ ਹੈ ਕਿਉਂਕਿ ਦੇਖੋ ਅਸੀਂ ਲੋਕ ਇੱਥੇ ਜੇ ਵੱਸ ਰਹੇ ਹਾਂ ਕੈਨੇਡਾ ਦੇ ਵਿੱਚ ਸਾਨੂੰ ਵੀ ਬੈਕ ਹੋਮ ਦੀ ਹਮੇਸ਼ਾ ਚਿੰਤਾ ਰਹਿੰਦੀ ਹੈ ਕਿਉਂਕਿ ਸਾਡੀ ਮਦਰਲੈਂਡ ਉਹ ਹੈਗੀ ਹੈ ਸੋ ਜੇ ਦੋਨੋਂ ਦੇਸ਼ਾਂ ਦੇ ਵਿੱਚ ਅੱਛੇ ਵਪਾਰ ਸੰਬੰਧ ਹੋਣਗੇ ਅੱਛੇ ਕਲਚਰਲ ਰਿਲੇਸ਼ਨਸ ਹੋਣਗੇ ਸੋਸ਼ਲ ਫੈਬਰਿਕ ਹੋਏਗਾ ਵੀਜ਼ਾ ਸੌਖਾ ਹੋਏਗਾ ਇੱਥੋਂ ਫਲਾਈਟਸ ਹੋਣਗੀਆਂ ਇੱਥੋਂ ਟ੍ਰੇਡ ਵਧੇਗਾ ਇੱਥੋਂ ਬੱਚੇ ਇੱਥੇ ਆ ਰਹੇ ਨੇ ਪੜ੍ਹ ਰਹੇ ਨੇ ਉਹਨਾਂ ਨੂੰ ਜੋਬਸ ਮਿਲ ਗਈਆਂ ਸੋ ਦੋਨੋਂ ਦੇਸ਼ਾਂ ਦੀ ਇਕਨੋਮੀ ਇੰਪਰੂਵ ਹੋਏਗੀ ਹਾਲਾਂਕਿ ਫੋਨੈਟਿਕ ਇਮੇਜ ਹੋਣ ਦੇ ਬਾਵਜੂਦ ਵੀ ਜਿਹੜਾ ਜੀ ਇੱਥੋਂ ਦੇ ਹਰਪੁਰ ਸਰਕਾਰ ਵੱਲੋਂ ਇਹ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਔਰ ਟੋਟਲੀ ਜਿਹੜਾ ਜੀ ਉਹ ਕਾਰਡ ਇਲੈਕਸ਼ਨ ਦੇ ਵਿੱਚ ਚੱਲਿਆ ਨਹੀਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਅਕਾਲੀ ਲੀਡਰ ਵੀ ਆਏ ਨੇ ਉਹਨਾਂ ਨੂੰ ਜਿਹੜੀ ਹੈ ਜੀ ਇੱਥੋਂ ਧੱਕੇ ਪਏ ਉਹਦਾ ਵੀ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਤੋਤਾ ਸਿੰਘ ਹੁਣੀ ਆਏ ਇੱਥੇ ਹੋ ਸਕਦਾ ਕਿ ਉਹ ਵੀ ਇੱਕ ਵਾਟਰ ਟੈਸਟਿੰਗ ਜਾਂ ਗਰਾਊਂਡ ਰਿਐਲਿਟੀ ਚੈੱਕ ਕਰਨ ਆਉਂਦੇ ਹੋਣ ਕਿ NRIs ਪੰਜਾਬੀਆਂ ਦਾ ਝੁਕਾਅ ਜਿਹੜਾ ਕਿਹਦੇ ਕਿਹੜੀ ਸਾਈਡ ਦੇ ਉੱਤੇ ਆ ਮਲੂਕਾ ਸਾਹਿਬ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਜੇਸਨ ਕੇਨੀ ਹੁਣਾਂ ਨੇ ਉਹਨਾਂ ਦੇ ਅਗੇਂਸਟ ਰਾਈਟ ਵੇ ਬਿਆਨ ਦਿੱਤਾ ਸਾਰਿਆਂ ਨੂੰ ਪੰਜਾਬੀ ਭਾਈਚਾਰੇ ਨੂੰ ਖੁਸ਼ ਕਰਨ ਵਾਸਤੇ ਕਾਰਡ ਉਹਨਾਂ ਦਾ ਉਹ ਵੀ ਨਹੀਂ ਚੱਲਿਆ ਪਰ ਅਕਾਲੀਆਂ ਦੇ ਜਿਹੜੀ ਆ ਜੀ ਉਹ ਉਲਟ ਗੱਲ ਜ਼ਰੂਰ ਪੈ ਗਈ ਉਹਦਾ ਜਿਹੜਾ ਖਾਮਿਆਜ਼ਾ ਭੁਗਤਣਾ ਪਿਆ ਜੀ ਪੰਜਾਬ TV ਦੇ ਸੀਨੀਅਰ ਪੱਤਰਕਾਰ ਜਿਹੜੇ ਬਲਤੇਜ ਪੰਨੂ ਹੋਣਾਂ ਨੂੰ ਅੰਦਰ ਜੇਲ੍ਹ ਦੇ ਵਿੱਚ ਡੱਕਿਆ ਗਿਆ ਜੀ ਮੌਕੇ ਦੇ ਹਾਕਮਾਂ ਵੱਲੋਂ ਇਹ ਵੀ ਇੱਕ ਬੜੀ ਮੰਦਭਾਗੀ ਘਟਨਾ ਹੈ ਜੀ 2015 ਦੀ ਉਹਦੇ ਬਾਰੇ ਹੁਣ ਅਸੀਂ ਗੱਲ ਕਰਕੇ ਹਟੇ ਹਾਂ ਜੇ ਹੁਣ ਆਪਾਂ ਬ੍ਰੈਂਪਟਨ ਦੀ ਗੱਲ ਕਰੀਏ ਕਿਉਂਕਿ ਮਿੰਟ ਆਪਣੇ ਕੋਲ 7 ਕੀ ਰਹਿ ਗਏ ਨੇ ਜੀ ਕਿਉਂਕਿ ਤੁਸੀਂ ਬ੍ਰੈਂਪਟਨ ਦੇ ਕਹਿ ਲਓ ਕਿ ਇੱਕ ਮੰਜੇ ਹੋਏ ਕਲਾਕਾਰ ਹੋ ਪੈਸ਼ਨੇਟ ਸਿਟੀਜ਼ਨ ਹੈ ਜੀ ਦੇਖੋ ਹਾਂ ਦੇਖੋ ਜਿਹੜਾ ਵੀ ਸ਼ਖਸ ਹੈ ਤੁਸੀਂ ਹੋ ਮੈਂ ਜਾਂ ਸਾਡੇ ਕੋਈ ਵੀ ਦਰਸ਼ਕ ਨੇ ਜਿਸ ਸ਼ਹਿਰ ਦੇ ਵਿੱਚ ਉਹ ਰਹਿੰਦੇ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਉਸ ਸ਼ਹਿਰ ਦੇ ਜਿਹੜੇ ਇਸ਼ੂਜ਼ ਨੇ ਉਹਦਾ ਬੜਾ ਚੰਗੀ ਤਰ੍ਹਾਂ ਗਿਆਨ ਔਰ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਔਰ ਕਿਉਂਕਿ ਸਾਡੇ ਪੈਸੇ ਦੇ ਨਾਲ ਉਹ ਮਿਊਨਸੀਪੈਲਿਟੀਜ਼ ਚੱਲਦੀਆਂ ਨੇ ਯੂਨੋ ਸਾਡੀਆਂ ਟੈਕਸ ਸਾਡੇ ਪੈਸੇ ਨਾਲ ਸਰਕਾਰਾਂ ਚੱਲਦੀਆਂ ਨੇ ਬਿਲਕੁਲ ਜੀ ਟੈਕਸਪੇਅਰ ਦੀ ਮਨੀ ਨਾਲ ਹੀ ਉਹਨਾਂ ਨੂੰ ਸਾਰਿਆਂ ਨੂੰ ਤਨਖਾਹਾਂ ਮਿਲਦੀਆਂ ਨੇ ਜਿਹੜੇ ਚਾਹੇ ਕਾਉਂਸਲਰਸ ਨੇ ਚਾਹੇ ਸੀਨੀਅਰ ਸਟਾਫ ਨੇ ਸੋ ਬ੍ਰੈਂਪਟਨ ਇਸ ਸਾਲ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਨਵੇਂ ਮੇਅਰ ਸੀਗੇ ਇੱਕ ਨਵੀਂ ਕਾਉਂਸਲ ਆਈ ਸੀਗੀ ਯੂਨੋ ਜੇ ਅਸੀਂ ਗੱਲ ਕਰੀਏ 11 ਵਿੱਚੋਂ 7 ਜਾਣੇ ਨਵੇਂ ਸੀਗੇ ਇੰਕਲੂਡਿੰਗ ਮੇਅਰ ਲੇਕਿਨ ਬ੍ਰੈਂਪਟਨ ਉੱਥੇ ਦਾ ਉੱਥੇ ਖੜਾ ਬ੍ਰੈਂਪਟਨ ਦੇ ਜਿਹੜੇ ਸਕੈਂਡਲ ਨੇ ਬਹੁਤ ਸਾਰੇ ਮੀਡੀਆ ਹਾਊਸਿਸ ਨੇ ਤਾਂ ਸਿਟੀ ਹਾਲ ਨੂੰ ਯੂਨੋ ਸਕੈਮ ਹਾਲ ਕਹਿਣਾ ਸ਼ੁਰੂ ਕਰ ਦਿੱਤਾ ਜਾਂ ਇਨਵੈਸਟੀਗੇਸ਼ਨ ਹਾਲ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਹਰ ਤਰ੍ਹਾਂ ਦੀ ਉੱਥੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿਸ ਤਰ੍ਹਾਂ ਹੀ ਜਨਵਰੀ ਸ਼ੁਰੂਆਤ ਹੋਏਗੀ ਓਮਬਡਸਮੈਨ ਦਾ ਕਿਉਂਕਿ ਸਾਡੇ ਪਿਛਲੇ ਦਿਨਾਂ ਵਿੱਚ ਮੇਅਰ ਲਿੰਡਾ ਜੈਫਰੀ ਏਸੀ ਸਟੂਡੀਓ ਵਿੱਚ ਆਏ ਸੀਗੇ ਉਹ ਕਹਿ ਕੇ ਗਏ ਸੀਗੇ ਜਿਸ ਲਈ ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਓਮਬਡਸਮੈਨ ਜੇ ਪਹਿਲੀ ਜਨਵਰੀ ਤੋਂ ਲਾਗੂ ਹੋ ਰਿਹਾ ਮਿਊਨਸੀਪੈਲਿਟੀਜ਼ ਦੇ ਉੱਤੇ ਕਿ ਉਹਦਾ ਪਹਿਲਾ ਸਟਾਪ ਬ੍ਰੈਂਪਟਨ ਹੋਏਗਾ ਤਾਂ ਉਹਨਾਂ ਨੇ ਕਿਹਾ ਸੀ ਜੀ ਹਾਂ ਪਹਿਲਾ ਸਟਾਪ ਉਹਦਾ ਬ੍ਰੈਂਪਟਨ 'ਚ ਹੋਏਗਾ ਕਿਉਂਕਿ 3 ਚੀਜ਼ਾਂ ਦੇ ਵਿੱਚ ਇਹਨਾਂ ਨੇ ਇਨਵੈਸਟੀਗੇਸ਼ਨ ਕਰਵਾਉਣੀ ਹੈ ਪਹਿਲੀ ਚੀਜ਼ ਪ੍ਰੋਕਿਓਰਮੈਂਟ ਜਿਹੜੀ ਪਰਚੇਜ਼ਿੰਗ ਹੁੰਦੀ ਹੈ ਮੇਅਰ ਲਿੰਡਾ ਜੈਫਰੀ ਉਹਨਾਂ ਦਾ ਕਹਿਣਾ ਹੈ ਕਿ ਉਹਦੇ ਵਿੱਚ ਕਾਫੀ ਧਾਂਦਲੇਬਾਜ਼ੀ ਪੁਰਾਣੇ ਸਮੇਂ ਵਿੱਚ ਹੁੰਦੀ ਆਈ ਹੈ ਦੂਸਰਾ ਜਿਹੜੀ ਲੈਂਡ
ਅੱਛਾ ਜੀ ਹਾਂਜੀ ਨਵਾਂ ਹਜੇ ਸਿਟੀ ਹਾਲ ਬਣਿਆ ਹਜੇ ਉੱਥੇ ਯੂ ਨੋ ਲੋਕਾਂ ਨੇ ਆਉਣਾ ਜਾਣਾ ਹਜੇ ਜ਼ਿਆਦਾ ਸ਼ੁਰੂ ਕਰਨਾ ਇੱਥੇ ਸਟਾਫ ਹੀ ਪੈਂਦਾ ਉੱਥੇ ਫਲੱਡਿੰਗ ਹੋ ਗਈ ਔਰ ਹਜ਼ਾਰਾਂ ਹੀ ਮੇਰਾ ਖਿਆਲ ਉਹਦੀ ਕੋਸਟ ਮਿਲੀਅਨ ਡਾਲਰ ਤੋਂ ਜ਼ਿਆਦਾ ਉਹਦੀ ਰਿਪੇਅਰ ਦੀ ਹੋਏਗੀ ਜੋ ਹਜੇ ਅਨ ਯੂ ਨੋ ਫਿਲਟਰਡ ਖਬਰਾਂ ਆ ਰਹੀਆਂ ਨੇ ਔਰ ਜਿਹੜੀ ਇਹ ਕੌਂਸਲ ਨਵੀਂ ਬਣੀ ਸੀਗੀ ਈਵਨ ਮੇਅਰ ਵੀ ਜਿਹੜੇ ਬਣੇ ਸੀਗੇ ਉਹਨਾਂ ਦਾ ਉਹ ਕਰਪਸ਼ਨ ਦੇ ਮੁੱਦੇ 'ਤੇ ਬਣੇ ਸੀਗੇ ਬਿਲਕੁਲ ਬਾਅਦ ਵਿੱਚ ਕਰਪਸ਼ਨ ਦਾ ਕੋਈ ਚਾਰਜ ਲੱਗਾ ਵਾ ਨਹੀਂ ਉਹ ਫਰੀ ਹੋ ਗਏ ਜੀ ਸਾਰੇ ਸੂਜ਼ਨ ਫੈਨਲ ਸੂਜ਼ਨ ਫੈਨਲ ਉਹਨਾਂ ਉੱਤੇ ਸਾਰੇ ਆਰੋਪਾਂ ਤੋਂ ਬਰੀ ਹੋ ਗਏ ਇਨਫੈਕਟ ਜਿਹੜਾ ਉਹਨਾਂ ਨੇ ਯੂ ਨੋ ਸੂ ਕੀਤਾ ਸੀਗਾ ਕਾਊਂਟਰ ਸੂ ਸਿਟੀ ਨੂੰ ਕਿ ਵੀ ਤੁਸੀਂ ਮੇਰੇ ਗਲਤ ਤਰੀਕੇ ਨਾਲ ਪੈਸੇ ਤੁਸੀਂ ਮੇਰੇ ਦੱਬੇ ਨੇ ਉਹ ਵੀ ਉਹਨਾਂ ਦਾ ਫੈਸਲਾ ਹੋ ਗਿਆ ਮੇਅਰ ਜਿਹੜੇ ਸਾਬਕਾ ਮੇਅਰ ਸੂਜ਼ਨ ਫੈਨਲ ਉਹਨਾਂ ਦੇ ਹੱਕ ਦੇ ਵਿੱਚ ਲੇਕਿਨ ਨੋ ਡਾਊਟ ਪੋਲੀਟੀਕਲ ਜੰਗ ਉਹ ਹਾਰ ਗਏ ਕਿਉਂਕਿ ਇੰਨਾ ਜ਼ਿਆਦਾ ਉਹਨਾਂ 'ਤੇ ਸਾਰਾ ਨਜ਼ਲਾ ਮੀਡੀਆ ਵੱਲੋਂ ਲੋਕਾਂ ਵੱਲੋਂ ਹੋ ਰਿਹਾ ਸੀਗਾ ਔਰ ਇੱਧਰੋਂ ਲਿੰਡਾ ਜੈਫਰੀ ਹੋਣੀ ਰੀਅਲ ਚੇਂਜ ਦੀ ਗੱਲ ਕਰ ਰਹੇ ਸੀਗੇ ਚੇਂਜ ਹਜੇ ਸਵਾ ਸਾਲ ਤੱਕ ਤਾਂ ਨਹੀਂ ਨਜ਼ਰ ਆਈ ਲੇਕਿਨ 2016 ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜ ਆਏਗੀ ਆਹ ਹੁਣ ਲਿੰਡਾ ਜੈਫਰੀ ਹੋਣੀ 2016 ਦੇ ਵਿੱਚ ਪ੍ਰੋਪਰਟੀ ਟੈਕਸ ਵੱਧ ਜਾਣਿਆ ਜੀ ਉਹ ਚੇਂਜ ਆਊਗਾ ਪ੍ਰੋਪਰਟੀ ਟੈਕਸ ਤਾਂ ਜੀ ਆਲਰੇਡੀ 10% ਵੱਧ ਚੁੱਕਿਆ ਬ੍ਰੈਂਪਟਨ ਦਾ ਜੇ ਜਦੋਂ ਤੋਂ ਨਵੇਂ ਮੇਅਰ ਆਏ ਨੇ 2015 ਦੇ ਬਜਟ 'ਚ ਵੀ 4-5% ਵਧਿਆ 2016 ਦਾ ਬਜਟ ਜਿਹੜਾ ਹੁਣ ਪਾਸ ਹੋਇਆ ਦਸੰਬਰ ਦੇ ਮਹੀਨੇ ਉਹਦੇ 'ਚ ਵੀ 4-4.5% ਹੈਗਾ ਸੋ ਪ੍ਰੋਪਰਟੀ ਟੈਕਸ ਦਾ ਤਾਂ ਟੀਕਾ ਸਾਨੂੰ ਲੱਗੀ ਜਾ ਰਿਹਾ ਲੇਕਿਨ ਕੀ LRT ਦਾ ਡਿਸੀਜਨ ਉਹ ਹੱਕ ਦੇ ਵਿੱਚ ਦੇ ਪਾਏ ਨਹੀਂ ਕੀ ਯੂਨੀਵਰਸਿਟੀ ਦਾ ਫੈਸਲਾ ਹਜੇ ਹੋ ਪਾਇਆ ਨੋ ਡਾਊਟ ਯੂਨੀਵਰਸਿਟੀ ਦਾ ਜੇ ਫੈਸਲਾ ਓਨਟੈਰੀਓ ਸਰਕਾਰ ਨੇ ਕਰਨਾ ਉਹ ਵੀ ਹਜੇ ਪੈਂਡਿੰਗ ਹੈ ਕੀ ਇੱਥੇ ਕੋਈ ਵੱਡਾ ਬਿਜ਼ਨਸ ਅਦਾਰਾ ਆਇਆ ਤੁਹਾਡੇ ਸਾਹਮਣੇ ਹੈ ਕੀ ਇੱਥੇ ਘਰਾਂ ਦੀ ਜਿਹੜੀ ਬਣਤਰ ਹੈ ਜਾਂ ਜਿਹੜੀ ਘਰਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਕੋਈ ਰੋਕਥਾਮ ਲੱਗੀ ਲੋਕਾਂ ਨੂੰ ਜੋਬਸ ਜਾਂ ਟ੍ਰਾਂਜ਼ਿਟ ਜਾਂ ਗ੍ਰਿਡਲੌਕ ਤੋਂ ਨਿਜਾਤ ਮਿਲੀ ਤੁਹਾਡੇ ਸਾਹਮਣੇ ਜਿਹਨੂੰ ਕਹਿੰਦੇ GTA ਵੈਸਟ ਵਾਲਾ ਜਿਹੜਾ ਉਹਦੀ ਵੀ ਗੱਲਬਾਤ ਕਰ ਲਓ ਬਿਲਕੁਲ ਜੀ GTA ਵੈਸਟ ਡੈਫੀਨੇਟਲੀ GTA ਵੈਸਟ ਜਿਹਨੂੰ ਕਿ ਅਨਆਫਿਸ਼ੀਅਲੀ ਹਾਈਵੇ 413 ਵੀ ਕਿਹਾ ਜਾ ਰਿਹਾ ਸੀਗਾ 413 ਉਹਦੇ ਉੱਤੇ ਸਰਕਾਰ ਨੇ ਕਾਫੀ ਲੰਬੇ ਸਮੇਂ ਤੋਂ ਸਟੱਡੀ ਚੱਲ ਰਹੀ ਸੀਗੀ ਕਾਫੀ ਜਾ ਰਹੇ ਉਹਦੇ ਵਿੱਚ ਮੈਪਸ ਆ ਰਹੇ ਸੀਗੇ ਲੇਕਿਨ ਜਿਹੜਾ ਇਸੇ ਮਹੀਨੇ ਬਿਆਨ ਆਇਆ ਸਟੀਵਨ ਡੈਲ ਡੁਕਾ ਜਿਹੜੇ ਕਿ MTO ਮਿਨਿਸਟਰ ਆਫ ਟਰਾਂਸਪੋਰਟੇਸ਼ਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਫਿਲਹਾਲ ਇਸ ਸਟੱਡੀ ਨੂੰ ਸਸਪੈਂਡ ਕਰ ਦਿੱਤਾ ਹੈ ਲੇਕਿਨ ਕੁਛ ਇੱਕ ਮੀਡੀਆ ਹਾਊਸਿਸ ਨੇ ਵੀ ਰਿਪੋਰਟਿੰਗ ਕੀਤੀ ਹੈ ਕਿ ਸਸਪੈਂਡ ਨਹੀਂ ਆ ਪੱਕੇ ਭਾਂਡੇ ਆ ਜਿਹੜਾ ਪ੍ਰੋਜੈਕਟ ਹੈ ਬੰਦ ਹੋ ਗਿਆ ਹਾਲਾਂਕਿ ਸਰਕਾਰ ਨੇ ਇਹਦੀ ਆਫੀਸ਼ੀਅਲ ਅਨਾਊਂਸਮੈਂਟ ਜਿਹੜੀ ਸਪਰਿੰਗ ਆਫ 2016 ਅਪ੍ਰੈਲ ਮਈ ਦੇ ਵਿੱਚ ਕੀਤੀ ਜਾਏਗੀ ਮੇਰਾ ਪਰਸਨਲ ਦੀਪਕ ਸਾਹਿਬ ਵਿਊ ਪੁਆਇੰਟ ਹੈ ਕਿ ਹਾਈਵੇ ਬੜਾ ਜ਼ਰੂਰੀ ਸੀਗਾ ਕਿਉਂਕਿ ਉਹ ਸਿਰਫ ਹਾਈਵੇ ਨਹੀਂ ਸੀਗਾ ਉਹਨੇ ਗੁੱਡਸ ਮੂਵਮੈਂਟ ਕਿਉਂਕਿ ਦੇਖੋ ਜਿਹੜਾ ਪੀਲ ਰੀਜਨ ਹੈ ਨਾ ਇਹਦੇ ਵਿੱਚ ਬਿਲੀਅਨਸ ਆਫ ਡਾਲਰ ਦੇ ਗੁੱਡਸ ਮੂਵ ਹੁੰਦੀਆਂ ਨੇ ਟਰੱਕਾਂ ਦੇ ਥਰੂ ਸੋ ਜਿਹੜਾ ਬਾਈਪਾਸ ਬਣਨਾ ਸੀਗਾ ਜਾਂ ਜਿਹੜਾ ਨਵਾਂ ਹਾਈਵੇ ਬਣਨਾ ਸੀਗਾ ਮਿਲਟਨ ਤੋਂ ਲੈ ਕੇ ਵੌਨ ਤੱਕ ਉਹਨੇ ਜਿਹੜਾ 401 410 427 ਇਹਨੂੰ ਬਹੁਤ ਰਿਲੀਫ ਦੇਣਾ ਸੀਗਾ ਬਿਲਕੁਲ ਸੋ ਮੈਂ ਸਮਝਦਾ ਕਿ ਸਰਕਾਰ ਦਾ ਉਹ ਕਾਫੀ ਹਜੇ ਡਿਸਪਿਊਟਿਡ ਕਦਮ ਹੈਗਾ ਜੇ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਤੋੜਨਾ ਹੀ ਨਹੀਂ ਸੀਗਾ ਤੇ 7-8 ਸਾਲ ਉੱਤੇ ਕਿਉਂ ਇੰਨਾ ਮਿਲੀਅਨਸ ਆਫ ਡਾਲਰ ਕਿਉਂ ਪੈਸਾ ਖਰਚ ਕੀਤਾ ਗਿਆ ਆਹ ਵੀ ਇੱਕ ਸਵਾਲੀਆ ਨਿਸ਼ਾਨ ਮਨਨ ਜੀ ਅਸੀਂ ਚਾਹੁੰਦੇ ਹਾਂ ਕਿ ਸੂਜ਼ਨ ਫੈਨਲ ਨੂੰ ਜਿਹੜਾ ਜੀ ਉਹ ਲਿਆਂਦਾ ਜਾਵੇ ਕਿਉਂਕਿ ਲੋਕਾਂ ਦੀ ਮੰਗ ਆ ਸਟੂਡੀਓ ਵਿੱਚ ਜਾਂ ਦੁਆਰਾ ਮੇਅਰਸ਼ਿਪ ਦੇ ਵਿੱਚ ਸਟੂਡੀਓ ਦੇ ਵਿੱਚ ਜੀ ਸਟੂਡੀਓ ਦੇ ਵਿੱਚ ਜਿਹੜੀ ਦੂਜੀ ਮੰਗ ਆ ਉਹ ਤੇ ਲੋਕੀ ਜਿਹੜੇ ਆ ਬੇਸਿਕਲੀ ਪਬਲਿਕ ਹੈ ਜੇ ਸਭ ਜਾਣਦੀ ਹੈ ਉਹਨਾਂ ਨੇ ਚੁਣਨਾ ਜੀ ਜਿਨ੍ਹਾਂ ਨੂੰ ਹੁਣ ਵੀ ਉਹਨਾਂ ਨੇ ਚੁਣਿਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਚੁਣਨਾ ਆ ਸਾਡਾ ਕੰਮ ਆ ਤੁਹਾਡੇ ਸਾਹਮਣੇ ਜਾਣਕਾਰੀ ਰੱਖਣਾ ਹੁਣ ਓਨਟੇਰੀਓ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਅਸੀਂ ਆਪਣੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਉਹ ਰੱਖਾਂਗੇ ਸਕੈਂਡਲਸ ਅਤੇ ਸਕੈਂਡਲ ਜਿੰਨੇ ਵੀ ਹੋਏ ਨੇ ਉਹਨਾਂ ਦੇ ਬਾਰੇ ਤੁਹਾਡੀ ਜਿਹੜੀ ਆ ਉਹਦੇ ਵਿੱਚ ਜਾਣਕਾਰੀ ਦੇ ਵਿੱਚ ਵਾਧਾ ਕਰੀ ਜਾਵਾਂਗੇ ਸੈਕਸ ਐਡ ਨੂੰ ਲੈ ਕੇ ਵੀ ਕਾਫੀ ਹੱਲਾ ਗੁੱਲਾ ਹੋਇਆ ਜੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਪਰ ਗੱਲ ਉੱਥੇ ਦੀ ਉੱਥੇ ਰਹੀ ਨਹੀਂ ਗੱਲ ਦੀਪਕ ਸਾਹਿਬ ਨੋ ਡਾਊਟ ਕਾਫੀ ਚੀਜ਼ਾਂ ਉੱਥੇ ਦੀ ਉੱਥੇ ਰਹੀਆਂ ਲੇਕਿਨ ਕੁਛ ਇੱਕ ਰਿਲੀਫ ਵੀ ਮਿਲਿਆ ਜੇ ਪੀਲ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕਰੀਏ ਉਹਨਾਂ ਨੇ ਉਹਨਾਂ ਮੰਗਾਂ ਨੂੰ ਦੇਖਦੇ ਹੋਏ ਜਿਹੜਾ ਸੈਕਸ ਐਜੂਕੇਸ਼ਨ ਕਰੀਕੁਲਮ ਸੀਗਾ ਉਹਦੇ ਲਈ ਉਹਨਾਂ ਨੇ ਡੇਟਸ ਨਿਸ਼ਚਿਤ ਕਰਤੀਆਂ ਕਿ ਅਸੀਂ ਸਪਰਿੰਗ ਬ੍ਰੇਕ ਤੋਂ ਬਾਅਦ ਉਹ ਲਗਾਵਾਂਗੇ ਕਲਾਸਾਂ ਔਰ ਪੇਰੈਂਟਸ ਨੂੰ ਇੱਕ ਹਫ਼ਤਾ ਪਹਿਲਾਂ ਦੱਸਿਆ ਜਾਏਗਾ ਸੋ ਕਾਫੀ ਉਸ ਰੈਜ਼ਿਸਟੈਂਸ ਦਾ ਫਾਇਦਾ ਵੀ ਹੋਇਆ ਲੇਕਿਨ ਨੋ ਡਾਊਟ ਓਵਰਆਲ ਜਿਹੜੀ ਕੈਥਰੀਨ ਵਿਨ ਉਹਨਾਂ ਦੀ ਸਰਕਾਰ ਹੈ ਲਿਬਰਲ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਰੀਕੁਲਮ ਨੂੰ ਨਾ ਤਾਂ ਡਿਲੀਟ ਕਰਨਾ ਨਾ ਇਹਨੂੰ ਅਸੀਂ ਡਾਊਨਗ੍ਰੇਡ ਕਰਨਾ ਅਸੀਂ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਰੱਖਣਾ ਇੱਕ ਤਾਂ ਕੈਥਰੀਨ ਵਿਨ ਹੁਣਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਾਂ ਤਾਂ ਉੱਥੇ ਜਾ ਕੇ ਉਹਨਾਂ ਦੀ ਇੰਟਰਵਿਊ ਕਰੀਏ ਜਾਂ ਫਿਰ ਕੋਸ਼ਿਸ਼ ਕਰਾਂਗੇ ਕਿ ਜੇ ਉਹ ਸਟੂਡੀਓ ਦੇ ਵਿੱਚ ਆ ਜਾਣ ਤਾਂ ਬਹੁਤ ਵਧੀਆ ਗੱਲ ਆ ਸੂਜ਼ਨ ਫੈਨਲ ਔਰ ਕੈਥਰੀਨ ਵਿਨ ਹੋਣੀ ਹੈ ਦੋ ਜਣੇ ਆ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਪੇਸ਼ ਕੀਤੇ ਜਾਣ ਤਾਂ ਕਿ ਤੁਸੀਂ ਡਾਇਰੈਕਟ ਉਹਨਾਂ ਨੂੰ ਕੁਐਸਚਨਿੰਗ ਜਿਹੜੀ ਉਹਨਾਂ ਨੂੰ ਕਰ ਸਕੋ 2015 ਦਾ ਜਿਹੜੀਆਂ ਅਸੀਂ ਲੱਗਦਾ ਕਿ ਕਾਫੀ ਕੁਛ ਕਵਰ ਕਰ ਲਿਆ ਜਾਂਦੇ ਜਾਂਦੇ ਜਿਹੜੀ ਹੈ ਜੀ ਉਹ ਬਾਲੀਵੁੱਡ ਦੀ ਗੱਲ ਕਰ ਲਈਏ ਮਨਨ ਜੀ ਬਾਲੀਵੁੱਡ ਦੀ ਸਭ ਤੋਂ ਅਤੇ ਆਪਣੀ ਪੰਜਾਬੀ ਸਿਨੇਮਾ ਦੀ ਸਭ ਤੋਂ ਦੋ ਮੂਵੀਜ਼ ਜਿਹੜੀਆਂ ਬੈਸਟ ਕਿਹੜੀਆਂ ਰਹੀਆਂ ਜੀ ਜੇ ਸਾਡੇ ਦੇਖਣ ਵਾਲਿਆਂ ਨੇ ਦੇਖਣੀਆਂ ਹੋਣ ਤਾਂ ਮੇਰੇ ਖਿਆਲ ਜੀ ਜੇ ਹਿੰਦੀ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਜਰੰਗੀ ਭਾਈਜਾਨ ਨੇ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਯੂ ਨੋ ਮਾਰਕੀਟ ਬਾਕਸ ਆਫਿਸ ਸਕਸੈਸ ਇਹਨੇ ਰੱਖਿਆ ਔਰ ਜਿੱਥੇ ਤੱਕ ਪੰਜਾਬੀ ਦੀ ਗੱਲ ਕਰੀਏ ਮੈਂ ਕਿਹਾ ਅੰਗਰੇਜ਼ ਮੂਵੀ ਦੇ ਵਿੱਚ ਬਜਰੰਗੀ ਭਾਈਜਾਨ ਦੋ ਸੁਪਰ ਡੁਪਰ ਹਿੱਟ ਹਾਂਜੀ ਇਹਨਾਂ ਵਿੱਚ ਕਾਫੀ ਮੰਝਿਆ ਹੋਇਆ ਉਹਨਾਂ ਨੇ ਪਰਫਾਰਮੈਂਸ ਕੀਤਾ ਔਰ ਦਰਸ਼ਕਾਂ ਵੱਲੋਂ ਵੀ ਕਾਫੀ ਸਪੋਰਟ ਮਿਲੀ ਇਹਨਾਂ ਦੋਨੋਂ ਫਿਲਮਾਂ ਨੂੰ ਔਰ ਮੈਨੂੰ ਤਾਂ ਲੱਗਦਾ ਬਜਰੰਗੀ ਭਾਈਜਾਨ ਦਾ ਇਫੈਕਟ ਹੈ ਕਿ ਪ੍ਰਾਈਮ ਮਿਨਿਸਟਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ
ਆਉਣ ਵਾਲੇ ਨਵੇਂ ਸਾਲ ਦੇ ਵਿੱਚ ਮੁਲਾਕਾਤ ਜਿਹੜੀ ਆ ਹੁਣ ਹੋਊਗੀ ਇੱਕ ਨਵੇਂ ਗੈਸਟ ਦੇ ਨਾਲ ਜਾਂ ਇੱਕ ਨਵੇਂ ਮੁੱਦੇ ਦੇ ਨਾਲ, ਤੁਸੀਂ ਜਿਹੜਾ ਸਾਡਾ ਅਤੇ ਤੁਹਾਡਾ ਸਾਥ ਜਿਹੜਾ ਉਹ ਇੱਦਾਂ ਹੀ ਬਣਿਆ ਰਹੇ, ਰੱਬ ਕਰੇ। ਔਰ ਮਨਨ ਜੀ, ਜਾਂਦੇ ਜਾਂਦੇ ਕਲੋਜ਼ਿੰਗ ਰਿਮਾਰਕਸ 2015 ਲਈ। ਬਿਲਕੁਲ ਜੀ, ਮੈਂ ਸਾਰੇ ਹੀ ਦਰਸ਼ਕਾਂ ਦਾ, ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪੰਜਾਬ ਟੈਲੀਵਿਜ਼ਨ ਨੂੰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਨਵਾਂ ਇੱਕ ਬੂਟਾ ਲਗਾਇਆ, ਜਿਹੜਾ ਅਸੀਂ ਸਾਰਿਆਂ ਨੇ ਮਿਲ ਕੇ ਤੁਸੀਂ ਉਹਨੂੰ ਕਾਫੀ ਸਪੋਰਟ ਦੇ ਰਹੇ ਹੋ, ਹੱਲਾਸ਼ੇਰੀ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਸਾਡਾ ਤੁਹਾਡੇ ਨਾਲ ਵਾਅਦਾ ਆਹੀ ਹੈ ਕਿ ਇਸ ਪਲੇਟਫਾਰਮ 'ਤੇ ਤੁਹਾਡੇ ਜਿਹੜੇ ਇਸ਼ੂਜ਼ ਨੇ, ਤੁਹਾਡੇ ਜਿਹੜੇ ਕੰਸਰਨਸ ਨੇ, ਉਹਨਾਂ ਨੂੰ ਅਸੀਂ ਦੂਰ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਤੋਂ ਜਿਹੜਾ ਇਸ ਪ੍ਰੋਗਰਾਮ ਦਾ ਟਾਈਮ ਹੈ ਉਹ 8 ਵਜੇ ਦੀ ਜਗ੍ਹਾ 7:30 ਹੋ ਜਾਏਗਾ। ਸੋ ਤੁਸੀਂ ਆਪਣੇ ਜਿਹੜੇ ਟੀ ਵੀ ਨੇ ਉਹ 7:30 ਤੋਂ 8:30 ਵਜੇ ਟਿਊਨ ਇਨ ਕਰ ਲੈਂਦੇ ਨੇ। ਨਵਾਂ ਸਾਲ ਚੜ ਰਿਹਾ, ਅਸੀਂ ਉਮੀਦ ਕਰਦੇ ਹਾਂ ਕਿ ਪਰਮਪਿਤਾ ਪਰਮਾਤਮਾ ਤੁਹਾਡੇ ਸਾਰੇ ਦੀ ਜ਼ਿੰਦਗੀਆਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਅਸੀਂ ਇਸੇ ਤਰ੍ਹਾਂ ਆਪਣੀ ਅਗਲੀ ਜਨਰੇਸ਼ਨ ਨੂੰ ਇੱਕ ਵਧੀਆ ਸੰਸਾਰ, ਇੱਕ ਵਧੀਆ ਦੁਨੀਆ ਦੇ ਕੇ ਜਾਈਏ। ਲਓ ਜੀ, ਫਿਰ ਦਵੋ ਸਾਨੂੰ ਇਜਾਜ਼ਤ ਇੱਥੇ 2015 ਦੇ ਵਿੱਚ, ਨਵੇਂ ਸਾਲ ਦੇ ਵਿੱਚ 2016 ਦੇ ਵਿੱਚ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਮੁੱਦੇ ਦੇ ਨਾਲ, ਨਵੇਂ ਗੈਸਟ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡਾ ਸਾਡਾ ਰੱਬ ਰਾਖਾ। ਹੈਪੀ ਹੋਲੀਡੇਜ਼ ਐਂਡ ਹੈਪੀ ਨਿਊ ਈਅਰ। ਸਤਿ ਸ਼੍ਰੀ ਅਕਾਲ ਜੀ।